ਪੈ ਗਿਆ ਨਾ ਭੁਲੇਖਾ ਕਿ ਗੱਡੀ ਦੇ ਅੰਦਰ ਚਿੱਠੀਆਂ ਹੋਣਗੀਆਂ, ਡਾਕ ਹੋਣਗੇ, ਪਰ ਡਾਕੀਆ ਡਾਕ ਨਹੀਂ, ਦਾਰੂ ਲਿਆਇਆ ਹੈ। ਜੀ ਹਾਂ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਡਾਕ ਪਾਰਸਲ ਵਾਲੀ ਗੱਡੀ ਦੀਆਂ, ਜਿਹਨੂੰ ਬਾਹਰੋਂ ਤਾਂ ਦੇਖੋ ਤਾਂ ਦਿੱਟੋ ਡਾਕ ਪਾਰਸਲ ਵਾਲੀ ਗੱਡੀ ਲੱਗਦੀ ਹੈ, ਪਰ ਅੰਦਰ ਜਦ ਖੋਲ੍ਹ ਕੇ ਵੇਖਿਆ ਗਿਆ ਤਾਂ ਅੰਦਰੋਂ ਲੋਕਾਂ ਦੀਆਂ ਚਿੱਠੀਆਂ ਜਾਂ ਹੋਰ ਸਮਾਨ ਨਹੀਂ, ਦਾਰੂ ਨਿਕਲੀ ਹੈ, ਅਤੇ ਦਾਰੂ ਵੀ ਵੋਟਾਂ ਦੇ ਵਿੱਚ ਯੂਜ਼ ਹੋਣ ਵਾਲੀ। ਜੀ ਹਾਂ, ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਗੱਡੀ ਦੀਆਂ, ਜਿਹੜੀ ਪੁਲਿਸ ਦੇ ਵੱਲੋਂ ਇਸ ਕਾਬੂ ਕੀਤੀ ਗਈ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਸ ਟਰੱਕ ਦੇ ਵਿੱਚ, ਇਸ ਡਾਕ ਪਾਰਸਲ ਦੇ ਟਰੱਕ ਦੇ ਵਿੱਚ ਦਾਰੂ ਸਪਲਾਈ ਕੀਤੀ ਜਾ ਰਹੀ ਸੀ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਸਾਰੇ ਰਾਜਾਂ ਦੇ ਵਿੱਚ ਅਲੱਗ ਅਲੱਗ ਗੇਜਾਂ ਦੇ ਵਿੱਚ ਜਾ ਕੇ ਚੋਣਾਂ ਹੋਣੀਆਂ ਨੇ। ਇੱਕ ਗੇਜ ਦੀ ਚੋਣ ਹੋ ਚੁੱਕੀ ਹੈ ਅਤੇ ਬਾਕੀ ਗੇਜਾਂ ਦੀ ਹਲੇ ਬਾਕੀ ਹੈ, ਅਤੇ ਇਸੇ ਦੌਰਾਨ ਸਟੇਟ ਦੇ ਵਿੱਚ, ਸੂਬੇ ਦੇ ਵਿੱਚ ਦਾਰੂ ਦੀ ਦੇਖੋ ਕਿੰਜ ਸਪਲਾਈ ਕਰ ਰਹੇ ਨੇ ਤਸਕਰ। ਤਾਂ ਦੱਸ ਦਈਏ ਕਿ ਇਹ ਸਾਰੀ ਨਜਾਇਜ਼ ਸ਼ਰਾਬ ਇੱਕ ਨਾਕੇ 'ਤੇ ਫੜੀ ਗਈ ਹੈ। ਦਰਅਸਲ ਇਹ ਟਰੱਕ ਸੜਕ 'ਤੇ ਆ ਰਿਹਾ ਸੀ, ਪੁਲਿਸ ਨੇ ਨਾਕਾ ਲਾਇਆ ਸੀ, ਪੁਲਿਸ ਨੇ ਨਾਕੇ ਦੌਰਾਨ ਇਸ ਟਰੱਕ ਨੂੰ ਵੀ ਰੋਕਿਆ। ਹਾਲਾਂਕਿ ਕਈ ਵਾਰ ਜ਼ਿਆਦਾਤਰ ਜਿਹੜੀ ਪੁਲਿਸ ਹੁੰਦੀ ਹੈ ਉਹ ਡਾਕ ਵਾਲੀਆਂ ਗੱਡੀਆਂ ਨੂੰ ਨਹੀਂ ਚੈੱਕ ਕਰਦੀ, ਕਿਉਂਕਿ ਲੇਟ ਹੋ ਜਾਂਦਾ ਹੈ ਕਈ ਵਾਰ ਡਾਕ ਪਹੁੰਚਣ ਦੇ ਵਿੱਚ, ਜਾਂ ਫਿਰ ਹੋਰ ਚੀਜ਼ ਪਹੁੰਚਣ ਦੇ ਵਿੱਚ ਦੇਰੀ ਹੋ ਜਾਂਦੀ ਹੈ, ਜਿਸ ਕਰਕੇ ਇਸ ਗੱਡੀ ਨੂੰ ਬਹੁਤ ਘੱਟ ਰੋਕਿਆ ਜਾਂਦਾ ਹੈ। ਪਰ ਅੱਜ ਸਵੇਰੇ ਹੀ ਪੁਲਿਸ ਵਾਲਿਆਂ ਨੇ ਗੱਡੀ ਦੀ ਤਲਾਸ਼ੀ ਲਈ, ਅੰਦਰ ਵੇਖਿਆ ਅਤੇ ਹੈਰਾਨ ਰਹਿ ਗਏ। 980 ਪੇਟੀਆਂ ਦਾਰੂ ਲੈ ਕੇ ਜਾ ਰਿਹਾ ਸੀ ਇਹ ਪਤੰਦਰ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਆਂਢੀ ਸੂਬੇ ਹਰਿਆਣੇ ਦੇ ਸੋਨੀਪਤ ਦੀਆਂ, ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। 980 ਪੇਟੀਆਂ ਦਾਰੂ ਦੀਆਂ ਬਰਾਮਦ ਹੋਈਆਂ ਨੇ। ਤਾਂ ਦੱਸ ਦਈਏ ਕਿ ਸਾਰੀ ਪੇਟੀਆਂ ਕਿਸੇ ਆਮ ਗੱਡੀ ਜਾਂ ਹੋਰ ਕਿਸੇ ਟਰੱਕ ਦੇ ਵਿੱਚ ਨਹੀਂ, ਸਮਾਂ ਕਿ ਡਾਕ ਵਾਲੇ ਟਰੱਕ ਦੇ ਵਿੱਚ ਸਪਲਾਈ ਕੀਤੀਆਂ ਜਾ ਰਹੀਆਂ ਸੀ। ਤਾਂ ਇਹ ਗੱਲ ਬਿਲਕੁਲ ਸਹੀ ਢੁੱਕਦੀ ਹੈ ਕਿ ਡਾਕੀਆ ਡਾਕ ਨਹੀਂ ਲਿਆਇਆ, ਦਾਰੂ ਲਿਆਇਆ ਹੈ। ਗੁਪਤ ਸੂਚਨਾ ਮਿਲੀ ਸੀ ਕਿ ਸਤੀਸ਼ ਸਨੋਫ ਜੈਕਰਨ ਆਰੋ ਬਦਾਣਾ ਹੈ, ਜੋ ਆਪਣੇ ਕੈਂਟਰ ਨੰਬਰ HR 69D 7463 ਮੈਂ ਅਵੈਧ ਸ਼ਰਾਬ ਕਰਦਾ ਰਿਹਾ ਹੈ, ਜੋ ਸੂਚਨਾ ਕੇ ਆਧਾਰ ਪਰ ਹਮਨੇ ਨਾਕਾ ਲਗਾ ਕਰ ਕੁਰਾੜ ਬਾਈਪਾਸ ਮੁਰਥਲ ਕੇ ਪਾਸ ਜੈਸੇ ਹੀ ਇਹ ਗਾੜੀ ਦਿਖਾਈ ਦੀ, ਜਿਸ ਪਰ ਡਾਕ ਪਾਰਸਲ ਲਿਖਿਆ ਹੋਇਆ ਥਾ, ਹਮਨੇ ਇਸਕੋ ਰੁਕਵਾਇਆ, ਰੁਕਵਾ ਕਰ ਗਾੜੀ ਕੋ ਚੈੱਕ ਕੀਆ, ਤੋ ਗਾੜੀ ਕੇ ਅੰਦਰ ਕਰੀਬ 980 ਪੇਟੀ ਅਵੈਧ ਦੇਸੀ ਸ਼ਰਾਬ ਸੰਤਰਾ ਮੇ ਬਰਾਮਦ ਹੋਈ, ਜੋ ਕਿ ਗਾੜੀ ਪਾਣੀਪਤ ਸੇ ਲੋਡ ਹੋ ਕਰ ਦਿੱਲੀ ਜਾ ਰਹੀ ਥੀ, ਜਿਸ ਮੇ ਹਮਨੇ ਸਤੀਸ਼ ਕੋ ਅਰੈਸਟ ਕਰ ਲਿਆ, ਜੋ ਕਿ ਗਾੜੀ ਕਾ ਡਰਾਈਵਰ ਥਾ। ਉਸਕੇ ਅਨੁਸਾਰ ਹਮਨੇ ਦੋ ਔਰ ਆਰੋਪੀਓ ਕੋ, ਵਿੱਕੀ ਔਰ ਰੋਹਿਤ ਕੋ ਅਰੈਸਟ ਕੀਆ ਹੈ, ਜੋ ਇਸ ਅਵੈਧ ਸ਼ਰਾਬ ਕੇ ਕਾਰੋਬਾਰ ਮੇ ਥੇ। ये अवैध शराब की धरपकड़, जो लोकसभा चुनाव में अवैध शराब की बिक्री हेतु सीपी साहब के मार्गदर्शन में हमने की है, आगे भी तफ्तीश जारी है, इसमें जो जो भी आरोपी सामने आएंगे उन सबको हम अरेस्ट करके। सर, ये लगातार इस तरह का काम करते हैं, इलीगल शराब को सप्लाई कर? हाँ, ये कई महीने से, करीब 5-6 महीने से अवैध शराब का काम कर रहे थे। ये ऐसी गाड़ियों में क्यों लेके जाते हैं जिस पर डाक पार्सल लिखा होता है? ये अवैध शराब को छुपाने के लिए, की हाँ ज्यादा रुकवाई ना जाए, इसलिए छुपे रास्तों से इसको। हाँ, ये दिल्ली लेकर जा रहे हैं। सर, इस तरह की गाड़ियों में आजकल लगातार देखी जा रही है कि शराब सप्लाई की जा रही है। हाँ, इसके ऊपर हम अंकुश लगाने का पूरा पूरा प्रयास कर रहे हैं, आगे भी हमें ऐसी गाड़ियों की लगातार चेकिंग कर, टोल वगैरह बना के लगाकर हम चेकिंग कर रहे हैं, आगे भी अवैध शराब के ऊपर पूरा शिकंजा कस के इनके विरुद्ध कानूनी कार्रवाई अमल में लाई जाएगी।